ਦਾ ਰਾਜਾ ਤੁਰਿਆ ਜਾ ਰਿਹਾ ਸੀ, ਦਗੜ ਦਗੜ ਕਰਦਾ ਉਹਦਾ ਰੱਥ ਦੌੜ ਰਿਹਾ, ਧੂਲ ਉਡਾਉਂਦਾ ਜਾ ਰਿਹਾ। ਜਾਂ ਨਿਗਾਹ ਪਈ ਇੱਕ ਮਹਾਤਮਾ ਵੱਲ, ਉਹ ਮਹਾਤਮਾ ਬੜੀ ਮੌਤ 'ਚ ਬੈਠਾ, ਬੜੇ ਖੇੜੇ 'ਚ ਬੈਠਾ, ਬੜਾ ਆਨੰਦ 'ਚ ਬੈਠਾ, ਮਸਤੀ ਹੈ, ਸਰੂਰ ਹੈ। ਕਈ ਵਾਰੀ ਕਰੋਨਾ ਚੱਕ ਕੇ ਵੀ ਇਹੋ ਜਿਹੀ ਮਸਤੀ ਖੁਮਾਰੀ ਨਹੀਂ ਆਉਂਦੀ। ਆ ਫਸਾ ਦਾ ਨਾਮ, ਮਖਮਲੀ ਬਿਸਤਰਿਆਂ 'ਤੇ ਵੀ ਸੁੱਤੇ ਹੁੰਦੇ, ਛੱਤੀ ਪਦਾਰਥ ਖਾਂਦੇ ਹੁੰਦੇ ਹਾਂ, ਪਰ ਇਹੋ ਜਿਹਾ ਸਕੂਨ ਨਹੀਂ ਆਉਂਦਾ। ਜਿਤਨਾ ਕੋਈ ਧਨੀ ਹੋਏਗਾ, ਜਿਤਨਾ ਕੋਈ ਧਨਾੜ ਹੋਏਗਾ, ਉਤਨਾ ਹੀ ਦੁਖੀ ਹੋਏਗਾ। ਖੋਸਾ ਨਾਮ, ਉਤਨਾ ਹੀ ਦੁਖੀ ਹੋਏਗਾ। ਸਾਨੂੰ ਬਾਹਰੋਂ ਨਜ਼ਰ ਆਉਂਦਾ ਜੀ, ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਮਹਿਲ, ਫਾਰਮ ਹਾਊਸ, ਫਲਾਣਾ ਢਮਗਾਣਾ, ਔਰ ਕਿਧਰੇ ਝਾਤ ਉਹਦੀ ਜ਼ਿੰਦਗੀ ਦੇ ਵਿੱਚ, ਝਾਤ ਮਾਰ ਕੇ ਵੇਖੀ ਉਹਦੀ ਜ਼ਿੰਦਗੀ ਦੇ ਵਿੱਚ, ਉਹ ਕਹੇਗਾ ਸਭ ਤੋਂ ਜ਼ਿਆਦਾ ਦੁਖੀ ਮੈਂ ਹੀ ਹਾਂ। ਆਖੋ ਸਤਨਾਮ। ਹਰ ਬੰਦਾ ਆਪਣੇ ਦੁੱਖ ਨੂੰ ਰੋਂਦਾ ਪਿਆ, ਲੱਖਾਂ ਚੱਕੇ ਪਏ। ਉਹ ਬੰਦਾ ਸੋਚਦਾ ਮੈਂ ਮਾਇਆ ਦੇ ਨਾਲ ਸੁੱਖ ਖਰੀਦ ਲਾਂਗਾ, ਨਹੀਂ ਹੋਏ। ਕਹਿੰਦੇ ਸਰਬ ਸੁੱਖਾਂ ਹਰ ਹਰ ਗੁਣ ਗਾਏ। ਜਿਤਨੇ ਤੈਨੂੰ ਸੁੱਖ ਮਿਲਣੇ ਨੇ ਨਾ, ਸਰਬ ਸੁੱਖਾਂ, ਇੱਕ ਨਹੀਂ ਦੋ ਨਹੀਂ, ਮਾਲਕ ਨੇ ਸਾਰੇ ਹੀ ਸੁੱਖ ਗਿਣ ਦਿੱਤੇ। ਕਹਿੰਦੇ ਸਰਬ ਸੁੱਖਾਂ ਹਰ ਹਰ ਗੁਣ ਗਾਏ। ਆਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਗੁਣ ਗਾਣ ਤੋਂ ਬਣਦੇ ਨੇ ਪੁੰਨ, ਧਿਆਨ ਦੇਣਾ। ਗੁਣ ਗਾਣ ਤੋਂ ਬਣਦੇ ਨੇ ਪੁੰਨ, ਤੇ ਪੁੰਨਾਂ ਤੋਂ ਮਿਲਦੇ ਨੇ ਸੁੱਖ। ਆਖੋ ਸਤਨਾਮ। ਆਹ ਘੜੀਆਂ ਜਿਹੜੀਆਂ ਤੁਸੀਂ ਬਤੀਤ ਕਰ ਰਹੇ ਹੋ ਸੰਗਤ ਦੇ ਵਿੱਚ, ਇਸ ਤੋਂ ਬਣਨਗੇ ਜੇ ਪੁੰਨ, ਤੇ ਪੁੰਨਾਂ ਤੋਂ ਮਿਲਣਗੇ ਸੁੱਖ, ਪੁੰਨਾਂ ਤੋਂ ਮਿਲਣਗੇ ਸੁੱਖ। ਉਹ ਦਗੜ ਦਗੜ ਕਰਦਾ ਜਾ ਰਿਹਾ ਰਾਜਾ, ਝਾਤ ਮਾਰੀ ਮਹਾਤਮਾ ਵੱਲ, ਬੜੇ ਸਹਿਜ ਨਾਲ ਬੈਠਾ, ਆਤਮਕ ਅਡੋਲਤਾ ਬਣੀ ਹੋਈ ਹੈ, ਖੇੜਾ ਹੈ, ਮਸਤੀ ਹੈ, ਸਰੂਰ ਉਹਦੇ ਚਿਹਰੇ 'ਚ ਹੈ। ਰੱਥ ਰੋਕ ਲਿਆ, ਸੋਚਣ ਲੱਗਾ, ਕਹਿੰਦੇ ਮੇਰੇ ਕੋਲ ਇੰਨਾ ਕੁਝ ਹੈ, ਇਹ ਜਿਤਨੀ ਧਰਤੀ ਨਜ਼ਰ ਆ ਰਹੀ, ਜਿਤਨੀ ਧਰਤੀ ਸਾਰੀ ਮੇਰੀ, ਮੇਰੇ ਕੋਲ ਇੰਨਾ ਸੁੱਖ, ਇੰਨੇ ਐਸ਼ੋ ਆਰਾਮ ਦੇ ਸਾਧਨ, ਪਰ ਇਹੋ ਜਿਹੀ ਮਸਤੀ ਮੇਰੇ ਕੋਲ ਨਹੀਂ ਆ। ਤੋ ਸਤਨਾਮ। ਇਹੋ ਜਿਹਾ ਖੇੜਾ ਮੇਰੇ ਕੋਲ ਨਹੀਂ। ਕਹਿੰਦੇ ਇਹ ਕੋਈ ਪੂਰਾ ਪੁਰਖ ਹੈ, ਕਿਉਂ ਨਾ ਹੋਵੇ, ਇਹਨੂੰ ਦੁਨੀਆਂ ਦਾ ਧਨ ਦੇ ਦਿਆਂ ਜੋ ਮੇਰੇ ਕੋਲ ਹੈ, ਤੇ ਜੋ ਇਹਦੇ ਕੋਲ ਹੈ, ਆ ਖੇੜਾ, ਆ ਸੁੱਖ, ਆ ਸ਼ਾਂਤੀ ਇਹਦੇ ਕੋਲ ਲੈ ਲਵਾਂ। ਚੱਲ ਮਨਾ, ਇਹਨੂੰ ਤੋਲ ਦਿੰਦੇ ਹਾਂ ਮਾਇਆ ਦੇ ਨਾਲ, ਤੇ ਜੋ ਕੁਝ ਇਹਦੇ ਕੋਲ ਹੈ ਮੰਗ ਲੈਂਦੇ ਹਾਂ। ਚਲਾ ਗਿਆ। ਜਦੋਂ ਪਹੁੰਚਿਆ ਨਾ ਮਹਾਤਮਾ ਦੇ ਕੋਲ, ਨਮਸਕਾਰ ਕੀਤੀ, ਕਹਿੰਦੇ ਮਹਾਰਾਜ, ਮੇਰਾ ਚਿੱਤ ਕਰਦਾ ਮੈਂ ਤੁਹਾਨੂੰ ਕੁਝ ਦਿਆਂ। ਕਹਿੰਦੇ ਕੀ ਦੇਗਾ? ਕਹਿੰਦੇ ਮਹਾਰਾਜ ਦੱਸੋ, ਜਿੱਥੇ ਤੱਕ ਨਜ਼ਰ ਦੌੜਾ ਲਓ, ਜਿੱਥੇ ਤੱਕ ਨਜ਼ਰ ਦੌੜਾ ਲਓ, ਜਿੱਥੇ ਤੱਕ
ਤੱਕ ਤੁਹਾਨੂੰ ਜ਼ਮੀਨ ਨਜ਼ਰ ਆ ਰਹੀ ਹੈ ਉਹ ਜ਼ਮੀਨ ਤੁਹਾਨੂੰ ਦੇਤੀ ਆ। ਖੋ ਸਤਨਾਮ। ਕਹਿੰਦੇ ਅੱਛਾ ਫਿਰ? ਕਹਿੰਦੇ ਮਹਾਰਾਜ ਇਸ ਜ਼ਮੀਨ ਤੇ ਤੁਹਾਨੂੰ ਮਹਿਲ ਵੀ ਉਸਾਰ ਦਿੰਦਾ। ਅੱਛਾ ਫਿਰ? ਕਹਿੰਦੇ ਮਹਾਰਾਜ ਐਸ਼ੋ ਆਰਾਮ ਸੁੱਖ ਪਦਾਰਥ ਸਭ ਤੁਹਾਨੂੰ ਦੇ ਦਿੰਦਾ। ਉਹ ਮਹਾਤਮਾ ਬੋਲਿਆ, ਕਹਿੰਦਾ ਤੂੰ ਹੈ ਕੌਣ ਏ, ਤੂੰ ਹੈ ਕੌਣ ਏ? ਕਹਿੰਦੇ ਮਹਾਰਾਜ ਮੈਂ ਇੱਥੇ ਦਾ ਰਾਜਾ, ਮੈਂ ਇੱਥੇ ਦਾ ਰਾਜਾ। ਕਹਿੰਦੇ ਮੇਰੀ ਨਿਗਾਹ ਦੇ ਸਭ ਤੋਂ ਵੱਡਾ ਮੰਗਤਾ ਤੂੰ ਏ। ਆਖੋ ਸਤਨਾਮ। ਮੇਰੀ ਨਿਗਾਹ ਦੇ ਸਭ ਤੋਂ ਵੱਡਾ ਮੰਗਤਾ ਤੂੰ ਏ। ਕਹਿੰਦੇ ਓਏ ਬੋਲਿਆ, ਜਿਹਦੇ ਕੋਲੋਂ ਤੂੰ ਲੈਂਦਾ ਫਿਰਦਾ, ਜਿਹਨੇ ਤੈਨੂੰ ਦਿੱਤਾ, ਜਿਹਦਾ ਤੂੰ ਮੰਗਦਾ ਹੈ। ਕਹਿੰਦੇ ਉਹ ਮੈਨੂੰ ਨਾ ਦੇਗਾ, ਜਿਹਨੇ ਤੈਨੂੰ ਰਾਜਾਨ ਬਣਾਇਆ ਹੈ, ਜਿਹਨੇ ਤੈਨੂੰ ਰਾਜੇ ਦੀ ਉਪਾਧੀ ਦਿੱਤੀ ਹੈ, ਜਿਹਨੇ ਤੈਨੂੰ ਸਾਰੇ ਸੁੱਖ ਆਰਾਮ ਦਿੱਤੇ, ਕੀ ਉਹ ਮੈਨੂੰ ਨਾ ਦੇਗਾ? ਕਹਿੰਦੇ ਹੱਟ ਪਾਸੇ ਹੋ, ਤੇਰੇ ਤੋਂ ਲੈਣ ਦੀ ਚਾਹਤ ਮੈਨੂੰ ਨਹੀਂ, ਔਰ ਜਿਹਨੇ ਤੈਨੂੰ ਨਿਵਾਜਿਆ ਹੈ ਉਹ ਮੈਨੂੰ ਵੀ ਨਿਵਾਜ ਸਕਦਾ ਹੈ। ਆਖੋ ਸਤਨਾਮ। ਕਿਉਂਕਿ ਕਹਿੰਦੇ ਕਿਉਂਕਿ ਉਹ ਗਰੀਬ ਨਿਵਾਜ ਹੈ, ਗਰੀਬ ਨਿਵਾਜ ਹੈ। ਕਹਿੰਦੇ ਰਾਜਨ ਇੱਕ ਉਹਦੇ ਤੋਂ ਸਿਵਾ, ਕਹਿੰਦੇ ਜਿੱਥੇ ਜਿੱਥੇ ਮੈਂ ਝਾਤ ਮਾਰ ਕੇ ਵੇਖਦਾ ਮੈਨੂੰ ਤਾਂ ਸਾਰੇ ਹੀ ਮੰਗਦੇ ਨਜ਼ਰ ਆਉਂਦੇ ਨੇ ਉਹਦੇ ਦਰ ਘਰ ਦੇ। ਆਖੋ ਸਤਨਾਮ।